ਵੀਡੀਓ ਬਣਾ ਲਓ ਯਾਰ ਸਰ, ਸਰ ਕੋਈ ਗੱਲ ਐਡੀ ਨਹੀਂ ਹੈਗੀ, ਬਸ ਰੂਲ ਫੋਲੋ ਕਰ ਰਹੇ ਆ ਜਿਹੜੇ ਘੋੜਦੇ ਆ 52 ਸਵਾਰੀਆਂ ਦੇ। ਚਲੋ ਫਿਰ ਵੀ ਸਾਡੇ ਪ੍ਰਧਾਨਾਂ ਨੇ ਕਿਹਾ ਵੀ ਪਹਿਲੇ ਟਾਈਮ ਅਤੇ ਲਾਸਟ ਟਾਈਮ ਤੁਸੀਂ 2-4 ਬੰਦੇ ਲੈ ਕੇ ਜਾ ਸਕਦੇ ਜੀ, ਅਤੇ ਲੈ ਕੇ ਵੀ ਜਾ ਰਹੇ ਹਾਂ। ਫਿਰ ਇੱਥੇ ਕੋਈ ਸਟੂਡੈਂਟ ਹੀ ਸ਼ੇਰਪੁਰ ਚੌਂਕ ਅਤੇ ਮਤਲਬ ਕਿ 30-35 ਜਾਣੇ ਹੋਣਗੇ, ਅਤੇ ਸਾਡੀ ਬੱਸ ਤਕਰੀਬਨ ਪਹਿਲਾਂ ਹੀ ਫੁੱਲ ਸੀ, ਅਤੇ ਇੱਕ ਸੀਟ 'ਤੇ 6-6 ਜਾਣੇ ਬੈਠ ਗਏ, ਕੋਈ ਗੋਦੀਆਂ 'ਚ ਬੈਠ ਗਏ, ਕੋਈ ਸੀਟਾਂ ਦੇ ਉੱਪਰ। ਇਹਨਾਂ ਨੇ ਕਿਹਾ ਵੀ ਭਾਈ ਤੁਸੀਂ ਇੱਦਾਂ ਨਾ ਬੈਠੋ, 3 ਸੀਟਾਂ ਦੀ ਬੰਦਿਆਂ ਦੀ ਸੀਟ, 3 ਜਾਣੇ ਬੈਠੋ। ਇਹਨਾਂ ਦੇ ਨਹੀਂ ਭਾਈ ਅਸੀਂ ਇੱਦਾਂ ਬਹਿ ਕੇ ਚੱਲ ਜਾਂਗੇ, ਅਤੇ ਪਰ ਅਸੀਂ ਉਤਰਨਾ ਨਹੀਂ ਆ। ਅਤੇ ਮੈਂ ਤਾਂ ਇਹੋ ਕਿਹਾ ਮਹਾਂ ਭਾਈ ਉਤਰਨਾ ਪੈਣਾ ਤੁਹਾਨੂੰ, ਸਾਨੂੰ ਜਿੰਨੀ ਕਪੈਸਿਟੀ ਲਾਊਗਾ ਅਸੀਂ ਉਸੇ ਹਿਸਾਬ ਨਾਲ ਖੜਾਂਗੇ। ਅਤੇ ਇਹ ਨਹੀਂ ਉਤਰੇ, ਮੈਂ ਥੱਲੇ ਉਤਰ ਗਿਆ, ਮਹਾਂ ਭਾਈ ਫਿਰ ਗੱਡੀ ਰੁਕ ਜਾਣੀ ਜੇ ਫਿਰ ਨਹੀਂ ਜਾਇਆ ਜਾਣਾ, ਫਿਰ ਇੱਦਾਂ ਤਾਂ ਗੱਡੀ ਚੱਲਣੀ ਨਹੀਂ ਅੱਗੇ। ਫਿਰ ਸਵਾਰੀਆਂ ਕੁਝ ਉਹਨਾਂ ਨੇ ਕਿਹਾ ਵੀ ਸਾਨੂੰ ਹਰਾਸਮੈਂਟ ਨਾ ਕਰੋ ਇਹਨਾਂ ਸਟੂਡੈਂਟਾਂ ਨੂੰ, ਅਤੇ ਤੁਸੀਂ ਮਤਲਬ ਕਿ ਉਹਨਾਂ ਨੂੰ ਜਿੰਨੀ ਕਪੈਸਿਟੀ ਲਾਊਡ ਉਹਨੇ ਲੈ ਕੇ ਜਾਣਗੇ, ਉਹ ਫਿਰ ਵੀ ਤੁਸੀਂ ਵੱਧ ਜੇ ਫਿਰ ਵੀ ਉਹ ਲੈ ਕੇ ਜਾਂਦਾ। ਇਹ ਉਹਨਾਂ ਦੇ ਵੀ ਗੱਲ ਗੁੱਲ ਪੈ ਗਏ ਬੱਚੇ ਵਿੱਚੋਂ, ਇੱਕ ਦੀ ਤਾਂ ਚਲੋ ਪੱਗ ਵਿਚਾਰੇ ਦੀ ਲੱਥ ਗਈ, ਅਤੇ ਫਿਰ ਸਾਡੇ ਇੰਸਪੈਕਟਰ ਆਏ ਡੀਪੂ ਵਿੱਚੋਂ, ਫਿਰ ਡੀਪੂਆਂ ਦੇ ਵੀ ਗੱਲ ਪੈ ਗਏ ਉਹਨਾਂ ਦੇ ਇੰਸਪੈਕਟਰਾਂ ਦੇ, ਅਤੇ ਇੱਥੋਂ ਮੁਲਾਜ਼ਮ ਗਿਆ ਚੌਂਕੀ 'ਚੋਂ, ਚਲੋ ਵੀ ਦਬਕਾ ਦੁਬਕਾ ਮਾਰ ਦਿੰਦੇ ਬੱਚੇ ਆ, ਅਤੇ ਫਿਰ ਉਹਨਾਂ ਦੇ ਵੀ ਵਿਚਾਰਿਆਂ ਦੇ ਗੱਲ ਗੁੱਲ ਪੈ ਜਾਂਦੇ ਆ ਦੂਜਿਆਂ ਦੇ ਮੁਲਾਜ਼ਮਾਂ ਦੇ। ਫਿਰ ਇਹੀ ਚੱਕਰ ਹੋਇਆ ਜੀ, ਹੋਰ ਕੋਈ ਗੱਲ ਨਹੀਂ ਜੀ। ਅਤੇ ਹੁਣ ਉਹਨਾਂ ਫੈਮਿਲੀ ਵਾਲੇ ਆਏ ਆ, ਕਹਿੰਦੇ ਕਿ ਕੋਈ ਬਦਤਮੀਜ਼ੀ ਕੀਤੀ ਗਈ ਆ। ਬਦਤਮੀਜ਼ੀ ਨਹੀਂ ਜੀ, ਕਿਸੇ ਨਾਲ ਵੀ ਹੋਈ ਬਦਤਮੀਜ਼ੀ ਤਾਂ ਤੁਹਾਡੇ ਸਾਹਮਣੇ ਹੀ ਆ, ਇੱਥੇ ਇਹੋ ਮੁਲਾਜ਼ਮ ਇਹਨਾਂ ਨੂੰ ਲੈ ਕੇ ਆਏ, ਅਸੀਂ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ। ਇਹ ਤਾਂ ਕਹਿੰਦੇ ਚਲੋ ਕੋਈ ਨਹੀਂ, ਬੱਚੇ ਆ ਜਿੱਦਾਂ ਵੀ, ਚਲੋ ਦਫਾ ਦੂਬੇ, ਚਲੋ ਛੱਡੋ ਖੇੜਾ ਗੱਲ ਨੂੰ ਬੇੜੋ, ਅਤੇ ਅਸੀਂ ਤਾਂ ਕੋਈ ਐਡੀ ਗੱਲ ਕੀਤੀ ਨਹੀਂ ਆ, ਕਿਸੇ ਨੇ ਇਹਨਾਂ ਨੂੰ ਦਫਾ ਜਾਂ ਧੱਕਾ ਉੱਥੇ ਮੁੱਕੀ, ਕਿਸੇ ਨੇ ਨਹੀਂ ਕੁਝ ਕੀਤਾ। ਹੁਣ ਮੰਗ ਕੀ ਕਰਦੇ? ਕੋਈ ਨਹੀਂ, ਮੰਗ ਇਹੋ ਜਿਹਾ ਵੀ ਜਿਹੜੇ ਹਿਸਾਬ ਨਾਲ ਰੂਲ ਉਸੇ ਹਿਸਾਬ ਨਾਲ ਚੱਲੋ, ਅਸੀਂ ਤਾਂ ਨਾ ਸਾਡੇ ਨਾਲ ਧੱਕਾ ਹੋਵੇ ਨਾ ਸਵਾਰੀ ਨਾਲ ਧੱਕਾ ਹੋਵੇ। ਕਿਹੜੀ ਜਗ੍ਹਾ ਜਾਣਾ ਸੀ ਬੱਚਿਆਂ ਨੇ? ਬੱਚਿਆਂ ਨੇ ਜਾਣਾ ਸੀ ਗੁਲਜ਼ਾਰ ਕਾਲਜ ਖੰਨੇ। ਖੰਨੇ? ਪਰ ਉੱਥੇ ਸਟੋਪ ਨਹੀਂ ਹੈਗਾ ਤੁਹਾਡਾ? ਨਹੀਂ, ਉੱਥੇ ਸਟੋਪ ਨਹੀਂ ਹੈਗਾ ਜੀ, ਪਰ ਤਾਂ ਵੀ ਰੁਕਵਾਉਂਦੇ ਸਾਰੇ, ਇਹਨਾਂ ਦੇ ਪਾਸ ਵੀ ਖੰਨੇ ਦੇ ਹੀ ਬਣੇ ਹੋਏ ਆ। ਉਹ ਅਸੀਂ ਸਾਡਾ ਆਪਣਾ ਮੰਨ ਲਓ ਵੀ ਜਿੱਦਾਂ ਭਾਈ ਬੰਦੀ ਆ, ਅਸੀਂ ਉਹਨਾਂ ਨੂੰ ਉੱਥੇ ਲਾ ਦਈਦਾ, ਚਲੋ ਯਾਰ ਬੱਚੇ ਆ, ਇਹਨਾਂ ਨੂੰ ਲਾ ਕੇ ਜਾਣਾ ਆਪਾਂ, ਬਸ ਇਹੀ ਚੱਕਰ ਆ, ਹੋਰ ਕੋਈ ਗੱਲ ਨਹੀਂ ਹੈਗੀ ਜੀ।